ਹਾਂਜੀ ਮਿੱਤਰੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਹਰਮਨ ਬੈਣੀਪਾਲ 888 ਤੇ ਅੱਜ ਲੰਮੇ ਸਮੇਂ ਬਾਅਦ ਤੁਹਾਡੇ ਵਾਸਤੇ ਫਿਰ ਤੋਂ ਆਪਾਂ ਜੌਂਡੀਅਰ ਦੀ ਉਹ ਵੀਡੀਓ ਲੈ ਕੇ ਆਏਗੇ, ਜੌਂਡੀਅਰ 5210 ਗੇਅਰ ਪ੍ਰੋ। ਤੇ ਅੱਜ ਤੁਹਾਨੂੰ ਇਹਦੇ ਹਾਲਾਂ ਦੇ ਉੱਪਰ ਪਰਫੋਰਮੈਂਸ ਦਿਖਾਵਾਂਗੇ। 13 ਦੇ ਹਲ ਨੇਗੇ ਤੇ ਆਹ ਵੀ ਹੁਣ ਬਾਣ ਤਾਂ ਵਿਹਲੇ ਨਹੀਂ ਹੈਗੇ, ਚਲੋ ਆਹ ਗਰਾਊਂਡ ਹੈਗਾ ਇੰਨਾ ਕੇ ਵਾਹਿਆ ਹੈਗਾ ਆਪਾਂ ਨੇ। ਇਹਦੇ ਵਿੱਚ ਤੁਹਾਨੂੰ ਆਪਾਂ ਸੀ ਗੇਅਰ ਦੇ ਵਿੱਚ ਵੀ ਦਿਖਾਵਾਂਗੇ, ਡੀ ਗੇਅਰ ਦੇ ਵਿੱਚ ਵੀ ਦਿਖਾਵਾਂਗੇ। ਤੇ ਬਾਈ ਦਾ ਟਰੈਕਟਰ ਆ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਵਧੀਆ ਜੀ, ਵਧੀਆ। ਤੇ ਟਰੈਕਟਰ ਦੱਸ ਦੇ ਫਿਰ, ਕਿਹੜਾ ਮਾਡਲ ਆ? ਇਹ ਵਾਰੀ 21 ਮਾਡਲ ਹੈ 5210। 2021 ਮਾਡਲ 5210 ਚੱਲ ਕਿੰਨਾ ਗਿਆ ਇਹ? ਚੱਲ ਗਿਆ ਵੀਰੇ 3500 ਘੰਟਾ। 3500 ਘੰਟਾ ਚਲਾਤਾ ਵੀ ਬਾਈ ਦਾ, ਆਪਦਾ ਕੰਮ ਵੀ ਹੈ, ਕਿਰਾਏ ਦਾ ਕੰਮ ਵੀ ਹੈ। ਤੇ ਇਹਨਾਂ ਦੀ ਵੀ ਆਪਾਂ ਥੋੜ੍ਹੀ ਉਹ ਕਰਾਈ ਇੰਟਰੋਡਕਸ਼ਨ। ਆਹ ਮਾਡਮ ਸਿੱਧੂ, ਟਰੈਕਟਰ ਐਂਡ ਜੀਪ ਇਨਫੋਰਮੇਸ਼ਨ ਯੂਟਿਊਬ ਚੈਨਲ ਤੋਂ। ਤੇ ਉਹ ਕਰਨਾ ਗਾ ਆਪਣਾ ਕੈਮਰਾਮੈਨ, ਪਹਿਲਾਂ ਕਦੇ ਵੀਡੀਓ 'ਚ ਅੱਗੇ ਆਇਆ ਨਹੀਂ ਗਾ, ਤਾਂ ਕਰਕੇ ਅੱਜ ਇਹ ਦੋਨੇ ਅੱਗੇ ਆਏ ਨੇਗੇ, ਕੈਮਰਾਮੈਨ ਇੱਕ ਮਗਾ। ਤੇ ਬਈ ਹੋਰ ਦੱਸ ਵੀ ਆਪਾਂ ਮੋਡੀਫਿਕੇਸ਼ਨ ਇਹ ਟਰੈਕਟਰ ਦੀ ਕੀ ਕਰਵਾਈ? ਮੋਡੀਫਿਕੇਸ਼ਨ ਵੀਰੇ ਇਕੱਲੀ ਪੰਪ ਦੀ ਕਰਾਈ ਹੋਈ। ਅੱਛਾ, ਪੰਪ ਦੀ ਵੀ ਸੈਟਿੰਗ ਹੀ ਕਰਾਈ ਹੈ? ਇੱਕ ਵਿੱਚੋਂ ਵੀ ਉਹ ਕਰਵਾਏ ਨੇ ਵਾਲ? ਥੋੜਾ ਬਹੁਤਾ ਵੀਰੇ ਕੇਮ ਚੇਂਜ ਕਰੀ ਹੋਈ, ਇਕੱਲੀ ਪੰਪ ਦੀ ਮੋਡੀਫਿਕੇਸ਼ਨ। ਅੱਛਾ, ਪੰਪ ਦੀ ਵੀ ਕੇਮ ਵੀ ਉਹਦੀ ਹੈ? ਪੰਪ ਦੀ ਕੇਮ ਵੀ ਚੇਂਜ ਕਰੀ ਹੋਈ ਜੀ, ਪੰਪ ਦੀ। ਹਾਂ ਹਾਂ, ਤੇ ਪਲੰਜਰ ਚੇਂਜ ਕਰੇ? ਅੱਛਾ, ਵੀ ਇਕੱਲੇ ਪੰਪ? ਇਕੱਲੇ ਪੰਪਾਂ ਦੀ ਮੋਡੀਫਿਕੇਸ਼ਨ? ਹੋਰ ਟਰਬੋ? ਨਾ, ਟਰਬੋ ਵਗੈਰਾ ਵੀਰੇ ਨਾਲ ਦੀ ਸਾਰਾ ਜੈਨੂਅਲ ਕੁਛ ਨਹੀਂ। ਜਿਹੜੀ ਜੌਂਡੀਅਰ ਵੱਲੋਂ ਟਰਬੋ ਆਉਂਦੀ ਆ ਉਹੀ ਟਰਬੋ ਲੱਗੀ ਹੋਈ ਟਰੈਕਟਰ ਦੇ ਵਿੱਚ? ਕੇਮ ਨਹੀਂ ਚੇਂਜ ਕੀਤੀ, ਕੁਛ ਨਹੀਂ ਕਰਿਆ। ਅੱਛਾ, ਟਾਇਰਾਂ ਦੇ ਵਿੱਚ ਪਾਣੀ ਆ? ਨਾ ਵੀਰੇ, ਟਾਇਰ ਬਿਨਾ ਪਾਣੀ? ਟਾਇਰਾਂ ਦੇ ਵਿੱਚ ਕੋਈ ਪਾਣੀ ਨਹੀਂ, 16-28 ਦੇ ਟਾਇਰ ਨੇ ਤੇ ਆਹ ਪਲੇਟ ਲੱਗੇ ਹੋਏ ਨੇ ਮੇਰੇ। ਬੇਟ ਇੱਕ ਇੱਕ ਪਲੇਟ ਬੇਟਾਂ ਦੀ ਲੱਗੀ ਹੋਈ ਹੈ, ਦੋਨੋਂ ਪਾਸੇ 45-45 ਕਿਲੋ ਦੀ। ਪੰਪ ਵੀਰੇ ਪਟਿਆਲਾ ਡੀਜ਼ਲ ਸਰਵਿਸ, ਜੱਸੀ ਮੁੰਡਾ। ਜੱਸੀ ਨੰਬਰ ਜ਼ਰੂਰ ਦੇ ਦਿਆ ਕਰ ਬਾਈ ਦਾ, ਨੰਬਰ ਦੇ ਦਿਆ ਕਰਾਂਗੇ ਤੁਹਾਨੂੰ, ਯਾਦ ਨਹੀਂ ਕੱਢ ਕੇ ਦੇ ਦਿਆ। ਅੱਛਾ, ਕੋਈ ਗੱਲ ਨਹੀਂ, ਨੰਬਰ ਆਪਾਂ ਉੱਤੇ ਉਹ ਕਰ ਦਾਂਗੇ, ਮੈਂਸ਼ਨ ਕਰ ਦਾਂਗੇ ਸਕਰੀਨ ਦੇ ਉੱਪਰ ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੋ ਬਾਈ ਦਾ, ਤੇ ਉਹਦੇ ਨਾਲ ਕੰਟੈਕਟ ਜ਼ਰੂਰ ਕਰੋ ਜਿਹਨੇ ਵੀ, ਜਿਹਨੇ ਇਕੱਲਾ ਜੌਂਡੀਅਰ ਦੀ ਕੰਮ ਕਰਦਾ ਹੋਈ। ਨਾ ਵੀਰੇ, ਹਰੇਕ ਟਰੈਕਟਰ ਦਾ। ਅੱਛਾ, ਹਰੇਕ ਟਰੈਕਟਰ ਦਾ ਮੋਡੀਫਾਈ ਦਾ? ਹੋਲੈਂਡ ਸਵਰਾਜ, ਹੋਲੈਂਡ ਦਾ ਸਵਰਾਜ ਵੀ, ਮਾਰਕੀਟ ਜਿੰਨੇ ਟਰੈਕਟਰ ਨੇ ਸਾਰੇ ਦੇ ਟਰੈਕਟਰ ਨੇ ਮਾਰਕੀਟ ਦੇ। ਅੱਛਾ, ਜੈ ਸੀ ਆਈਡੀ, ਪੰਪੇ, ਗੱਡੀਆਂ ਦਾ ਸਭ ਦਾ ਕੰਮ ਕਰਦਾ। ਠੀਕ ਹੈ ਵੀਰੇ। ਤੇ ਉਹ ਵੀ ਪਹਿਲਾਂ ਵੀ ਜਦੋਂ ਇਹ ਤੁਸੀਂ ਏਜੰਸੀ ਚੋਂ ਲੈ ਕੇ ਆਏ ਟਰੈਕਟਰ, ਵੀ ਨਵਾਂ ਲੈ ਕੇ ਆਏ ਦੀ ਗੇਅਰ ਪ੍ਰੋ, ਇਹ ਡੀ ਗੇਅਰ ਦੇ ਵਿੱਚ ਬਹਾਈ ਕਰਦਾ ਸੀਗਾ? ਨਾ ਵੀਰੇ, ਦਬਦਾ ਸੀ, ਦਬਦਾ ਸੀਗਾ ਡੀ ਗੇਅਰ ਦੇ ਵਿੱਚ ਵੀ, ਕਰਦਾ ਸੀਗਾ ਵੀ, ਪਰ ਔਖਾ ਹੋ ਕੇ ਕਰਦਾ ਸੀਗਾ ਸੀ 'ਚ ਨਾ, ਸੀ 2 'ਚ ਚੱਲਦਾ ਸੀ ਮੇਰੇ, ਸੀ 2 ਦੇ ਵਿੱਚ ਕਰਦਾ ਸੀਗਾ। ਜਿਹੜਾ ਹੁਣ ਆਪਣੇ ਵਾਲਾ ਮਾਡਲ ਆ ਗਿਆ ਕਾਲਰ ਸ਼ਿਫਟ, ਉਹ ਸੀ ਦੇ 1 ਤੱਕ ਹੱਦ ਆ ਉਹਦੀ, ਸੀ ਦੇ 1 ਤੱਕ ਬਹਾਈ ਕਰਦਾ। ਫਿਰ ਜਿਹੜਾ ਗੇਅਰ ਪ੍ਰੋ ਆ ਗਿਆ ਤੇ ਉਹ ਸੀ ਦੇ 3 'ਚ ਕਰਦਾ ਗਾ ਤੇ ਡੀ ਦੇ ਪਹਿਲੇ 'ਚ ਕਰਦਾ ਗਾ। ਵੀ ਪਹਿਲਾਂ ਵੀ ਔਖਾ ਹੁੰਦਾ ਸੀਗਾ, ਪਹਿਲਾਂ ਔਖਾ ਦਬਦਾ ਸੀਗਾ ਵੀ, ਸੀ ਏ ਬੀ ਸੀ ਦੇ ਵਿੱਚ ਤਾਂ 3 ਦੇ ਵਿੱਚ ਕਰ ਹੀ ਦਿੰਦਾ ਕਰਦਾ, ਡੀ ਦੇ ਵਿੱਚ ਔਖਾ ਹੁੰਦਾ ਸੀਗਾ। ਵੀ ਮੋਡੀਫਿਕੇਸ਼ਨ ਕਰਾਉਣ ਤੋਂ ਬਾਅਦ ਡੀ ਦੇ ਵਿੱਚ ਚੱਲਣ ਲੱਗ ਜਾਂਦਾ, ਜਿਵੇਂ ਮਰਜ਼ੀ ਚਲਾ ਵੀਰੇ। ਆਰਪੀਐਮ ਵੀ ਡ੍ਰੌਪ ਨਾ, ਆਰਪੀ ਬਿਨਾ ਆਪਾਂ ਡ੍ਰੌਪ ਕਰ ਤਾਂ ਚੱਲਦਾ, ਵੀ ਹੁਣ ਵੀ ਮੰਨ ਲਓ 100 ਨਹੀਂ 150 ਆਪਾਂ ਮੰਨ ਲਈ ਹੱਦ, ਜਦੋਂ ਓਵਰਲੋਡ ਚਲਾਵਾਂਗੇ, ਓਵਰਲੋਡ ਚਲਾਵਾਂਗੇ ਤਾਂ ਜੇ ਆਹ ਦੇ ਲੋਨ ਵੀ ਰੇਤਾ ਦੇ ਲੋ ਕਿੰਨਾ ਹੈਗਾ, ਇੱਥੇ ਗੋਲ ਗੋਲ ਘੁੰਮਣਾ ਟਰੈਕਟਰ ਨੇ ਕਿੰਨਾ ਔਖਾ ਹੈ ਟਰੈਕਟਰ ਨੂੰ, ਵੀ 100 ਤੋਂ 150 RPM ਵੀ ਡ੍ਰੌਪ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਵੀ ਬੰਦ ਨਹੀਂ ਹੁੰਦਾ, ਵੀ ਟਾਇਰ ਘਮਾਈ ਜਾਊਗਾ ਥੱਲੇ ਚਾਹੇ ਧਰਤੀ ਦਾ, ਤੇ ਉਹ ਦੇਖੋ ਤਾਂ ਅਲੱਗ ਚੀਜ਼ ਆ ਗਈ ਨਾ। ਅੱਛਾ, ਹਾਂ, ਪਰ ਐ ਵੀ ਬੰਦ ਨਹੀਂ ਹੁੰਦਾ। ਅੱਛਾ, ਬੰਦ ਨਹੀਂ ਹੁੰਦਾ। ਤੇ ਬਈ ਆਹ ਦੇਖੋ ਟਾਇਰ ਵੀ ਚੌੜੇ ਕਰੇ ਹੋਏ ਨੇ ਟਰੈਕਟਰ ਦੇ ਪਿੱਛੇ। ਇਹਦਾ ਵੀਰੇ ਉਹ ਦੱਸ ਵੀ ਇਹਦਾ ਵੀ ਆਪਾਂ ਨੂੰ ਟਾਇਰ ਚੌੜੇ ਕਰੇ ਦਾ ਫਾਇਦਾ ਹੈਗਾਗਾ ਵੀਰੇ? ਇੱਕ ਤਾਂ ਯਾਰ ਸਲਿੱਪ ਜੀ ਘਟ ਜਾਂਦੀ ਹੈ ਇਹਦੀ, ਸਲਿੱਪ ਜੀ ਘਟ ਜਾਂਦੀ ਜਿਵੇਂ ਵੀ ਟਰੈਕਟਰ ਉਹ 5 ਜੇ ਮਾਰ ਲੱਗ ਜਾਂਦਾਗਾ। ਹਾਂ, ਬਾਕੀ ਤੋਂ ਉਹ ਚੀਜ਼ ਘਟ ਜਾਂਦੀ, ਸੌਖਾ ਰਹਿੰਦਾ, ਦੋ ਚੀਜ਼ਾਂ ਦਾ ਸੌਖਾ ਹੋ ਜਾਂਦਾ, ਨਾਲੇ ਪਿੱਛੋਂ ਵੀ ਚੌੜਾ ਜਿਹਾ ਹੋ ਜਾਂਦਾ, ਚੌੜਾ ਜਾਂਦਾ ਸਲਿੱਪ ਜੀ ਘਟ ਜਾਂਦੀ, ਸਲਿੱਪ ਜੀ ਘਟ ਜਾਂਦੀ ਕਿ ਵੀ ਜਿੰਨੇ ਟਾਇਰ ਅੰਦਰ ਨੂੰ ਹੁੰਦੇ ਨੇਗੇ ਉਨੀ ਸਲਿੱਪ ਜੇ ਟਰੈਕਟਰ ਵੀ ਜਾ ਸਕਦੇ ਆ। ਅੱਛਾ, ਵਧੀਆ ਮੁੜਦਾ। ਅੱਛਾ, ਹਾਂ, ਤੇ ਆਹ ਦੇਖ ਲਓ ਬਈ 13 ਦੇ ਹਲ ਨੇਗੇ, 13 ਦੇ ਹਲ, ਦੋਵੇਂ ਲੀਵਰ ਸਿੱਟ ਕੇ ਚਲਾ ਕੇ ਦਿਖਾਉਣਾ ਅੱਜ ਤੁਹਾਨੂੰ ਇਹ 5210। ਚਾ ਬੈਠ, ਉਹ ਨਹੀਂ ਬੈਠੋ, ਆਉਣ ਮੈਂ ਫਿਰ ਉੱਥੇ ਆ ਜਾਓ, ਵਿਚਾਲੇ ਆ ਜਾਓ।
ਓ ਦੋਵੇਂ ਥੱਲੇ ਨੇ ਥੱਲੇ ਆਉਣ ਦੇ ਖੜਾ ਲਾ ਲੋ ਬਈ ਪਹਿਲਾ ਸੀ ਗੇਅਰ ਲੱਗ ਲੱਗਿਆ ਆਰ ਪੀ ਐਮ ਕਿੰਨੇ ਹੋਏ 1500 2000 ਆਰ ਪੀ ਐਮ ਕਰਿਆ ਕਿਉਂਕਿ ਇੱਥੇ ਨਾ ਰੇਤਾ ਜ਼ਿਆਦਾ ਹੈਗਾ ਤਾਂ ਕਰਕੇ 2000 ਆਰ ਪੀ ਐਮ ਕਰਿਆ C1 गेरा जी आरपीएम किन्ने दौड़दा चक्कर किन्ने दौड़े हुए ने 2000 आरपीएम ਲੋ ਮਿੱਤਰੋ D1 ਗੇਅਰ ਦੇ ਵਿੱਚ ਚੱਲ ਰਿਹਾ ਹੈਗਾ ਖੜਾਈ ਕਿਹੜੇ ਜਗ੍ਹਾ D1 ਸੀ ਦਾ ਦੂਜਾ ਲਈ ਸੀ ਦੂਜਾ D1 ਲਾ ਰੇ 2000 ਤੇ ਦੂਜਾ ਸੀ ਦੋ ਹਜ਼ਾਰ ਦਾ ਚੱਕਰ
डीजल पंपा का काम है जो कोई निकी मोटी मॉडिफिकेशन करवानी है तो एक बार कंटैक्ट जरूर करो। ट्रैक्टर देखो इन्नी पावर बढ़ गई डी वन गेयर के भी 100 RPM ड्रॉप करके चल रहा है भी दोवें लीवर चिट के भी जे आप नॉर्मल बाई करनी है तो पूरे चक्कर के उपर चल रहा भी जो हम लोड के उपर भी 100 RPM ड्रॉप कर रहा वो तो वह जिम्मेदारी काम बाद ग्राउंड की लड़ नहीं एदू बाद तेल तो नहीं बद खान लग गया गर्म वाली सूई चाहिए चाहिए गर्म वाली सूई भी दिखा दो गर्म वाली सूई भी दिखा दे भी ट्रैक्टर लोड चल रहा पूरा देखो भी मित्रों ट्रैक्टर गर्म गुर्म बिल्कुल भी नहीं होया भी तुम एक बार जरूर भाई कॉन्टैक्ट करो जिन्हें मॉडिफिकेशन करवानी है तो अपने चैनल कर लो सबसक्राइब तो वीडियो कर दो लाइक थोड़े वास्ते नवी वीडियो लेके आवेंगे। धन्यवाद।